ਸੰਵਿਧਾਨ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤਾਂ ਦਿੱਲੀ ਸਮੇਤ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਆਉਣ ਵਾਲੇ 2 ਦਿਨਾਂ ਦੇ ਵਿੱਚ ਬਾਕੀ ਜਗਾਵਤ ਜਿਹੜੀ ਹੈ ਭਾਰੀ ਗਰਮੀ ਰਹਿਣ ਵਾਲੀ ਹੈ ਤੇ ਭਾਰਤੀ ਮੌਸਮ ਵਿਭਾਗ ਆਈਐਮਡੀ ਦੇ ਅਨੁਸਾਰ ਅਗਲੇ 2 ਦਿਨ ਦੌਰਾਨ ਦੇਸ਼ ਦੇ ਉੱਤਰ ਪੱਛਮੀ ਅਤੇ ਮੱਧ ਹਿੱਸਿਆਂ ਦੇ ਵਿੱਚ ਜ਼ਿਆਦਾ ਗਰਮੀ ਦਾ ਪ੍ਰਕੋਪ ਦਿਖਣ ਵਾਲਾ ਹੈ ਤੇ ਦੂਜੇ ਪਾਸੇ ਆਈਐਮਡੀ ਨੇ ਆਪਣੇ ਮੌਸਮ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਲੇ 2 ਦਿਨਾਂ ਦੌਰਾਨ ਜਿਹੜਾ ਉੱਤਰ ਪੱਛਮੀ ਅਤੇ ਮੱਧ ਭਾਰਤ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਸ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਏਗਾ ਤੇ ਤਿੰਨ ਦਿਨਾਂ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੇ ਵਿੱਚ ਜਿਹੜਾ ਹੈ ਗਰਾਵਟ ਪਾਈ ਜਾਏਗੀ ਤਾਂ ਤਾਪਮਾਨ ਦੇ ਵਿੱਚ ਵੀ ਗਰਾਵਟ ਦਾ ਦੀਪ ਵਿਖਵਣੀ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਦੋ ਦਿਨਾਂ ਦੇ ਦੌਰਾਨ ਜਿਹੜਾ ਵੱਖ-ਵੱਖ ਹਿੱਸਿਆਂ ਦੇ ਵਿੱਚ ਤਾਪਮਾਨ ਡਿਗਣ ਦਾ ਵੀ ਅਸਰ ਜਿਹੜੇ ਨੇ ਨਜ਼ਰ ਆ ਰਹੇ ਨੇ ਤਾਂ ਵੱਡੀ ਭਵਿਕਵਣੀ ਹੈ ਮੌਸਮ ਵਿਭਾਗ ਦੇ ਵੱਲੋਂ ਤੇ ਜਾਰੀ ਕੀਤਾ ਗਿਆ ਕਿ 16 ਤੋਂ 17 ਮਈ ਨੂੰ ਉੱਤਰ ਪੰਜਾਬ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਇਹ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਤਾਪਮਾਨ ਦੇ ਵਿੱਚ ਵੀ ਗਰਾਵਟ ਹੋ ਸਕਦਾ ਹੈ ਤੇ ਮੌਸਮ ਕਰਵਟ ਬਦਲਣ ਵਾਲਾ ਬਿਜਲੀ ਦੀ ਡਿਗਣ ਦੀ ਵੀ ਜਿਹੜੀ ਹੈ ਇਸ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ 16 ਮਈ ਨੂੰ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਵੱਖ-ਵੱਖ ਥਾਵਾਂ ਤੇ ਧੂੜ ਭਰੀ ਹਨੇਰੀ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਨਾਲ-ਨਾਲ ਉਸ ਦੇ ਗੁਵਾਂਢੀ ਸੂਬਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਤਾਪਮਾਨ ਦੇ ਵਿੱਚ ਵੀ ਥੋੜਾ ਬੋੜਾ ਬਦਲਾਵ ਜਿਹੜਾ ਉਹ ਆਵੇਗਾ ਅਜੇ ਹਾਂ ਵੀ ਨਾਲ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਜੇਕਰ ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਵਾਲੀ ਸਾਈਡ ਜਿਹੜਾ ਇਸ ਵਕਤ ਤਾਪਮਾਨ ਉਵੇਂ ਦਾ ਉਵੇਂ ਰਹੇਗਾ ਤੇ ਗਰਮੀ ਦੇ ਵਿੱਚ ਕਿਸੇ ਵੀ ਤਰੀਕੇ ਦੀ ਗਰਾਵਟ ਜਾਂ ਫਿਰ ਤਾਪਮਾਨ ਚ ਗਰਾਵਟ ਨਹੀਂ ਨਜ਼ਰ ਆਏਗੀ ਪਰ ਪੰਜਾਬ ਦੇ ਵਿੱਚ ਜਿਹੜਾ ਭਵਿੱਖਬਾਣੀ ਇਹ ਕੀਤੀ ਗਈ ਹੈ ਕਿ 16 ਤੇ 17 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਬਿਜਲੀ ਜਿਹੜੀ ਹੈ ਉਹ ਵੀ ਡਿੱਗਣ ਦੇ ਅਸਾਰ ਜਿਹੜੇ ਨੇ ਜਿਆਦਾ ਬਣੇ ਹੋਏ ਨਿਤੈਪ ਵਿਕਵਾਨੀ 16 13 17 ਮਈ ਦੇ ਲਈ ਹੀ ਕੀਤੀ ਗਈ ਹੈ ਹਾਲਾਂਕਿ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਵੀ ਜਿਹੜਾ ਪਵਿਕਵਾਨੀ ਕੀਤੀ ਗਈ ਹੈ ਕਿ ਉੱਥੇ ਵੀ ਮੀਂਹ ਜਿਹੜਾ ਪੈਣ ਦੀ ਪੂਰੀ ਪੂਰੀ ਸੰਭਾਵਨਾ ਤੇ ਤਾਪਮਾਨ ਦੇ ਵਿੱਚ ਫਿਲਹਾਲ ਲਈ ਕੋਈ ਖਾਸ ਬਦਲਾਵ ਜਿਹੜਾ ਨਹੀਂ ਆਵੇਗਾ